ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਤੋਂ ਬਾਅਦ ਮੁੜ ਤੋਂ ਉਸੇ ਹੀ ਜਗ੍ਹਾ ਤੇ ਉਸਾਰੀ ਕਰਵਾਉਣ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵੱਲੋਂ ਜਰਨੈਲ ਨੰਗਲ ਦੀ ਅਗਵਾਈ ਹੇਠ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੇ ਤਹਿਤ ਸਮੂਹ ਪਾਰਟੀ ਵਰਕਰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਇਕੱਠੇ ਹੋਏ, ਜਿਸ ਤੋਂ ਬਾਅਦ ਸਮੂਹ ਮੈਂਬਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਲਈ ਰਵਾਨਾ ਹੋਏ, ਪਰੰਤੂ ਭਾਰੀ ਮਾਤਰਾ ਵਿੱਚ ਤੈਨਾਤ ਪੁਲਿਸ ਵੱਲੋਂ ਬੈਰੀਗੇਡਸ ਲਗਾ ਕੇ ਧਰਨਾਕਾਰੀਆਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ, ਜਿੱਥੇ ਕਿ ਧਰਨਾਕਾਰੀਆਂ ਵੱਲੋਂ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਹਨਾਂ ਧਰਨਾਕਾਰੀਆਂ ਨੂੰ ਰੋਕ ਲਿਆ ਗਿਆ ਅਤੇ ਇਸ ਦੌਰਾਨ ਹਲਕੀ ਫੁਲਕੀ ਧੱਕਾ ਮੁੱਕੀ ਵੀ ਦੇਖਣ ਨੂੰ ਮਿਲੀ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 620 ਸਾਲ ਪੁਰਾਣਾ ਇਤਿਹਾਸਕ ਮੰਦਿਰ ਤੋੜਿਆ ਗਿਆ ਹੈ, ਉਸ ਨੂੰ ਮੁੜ ਤੋਂ ਉਸੇ ਹੀ ਸਥਾਨ 'ਤੇ ਉਸਾਰਿਆ ਜਾਵੇ। ਉਹਨਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪਾਸੋਂ ਮੰਗ ਕੀਤੀ ਕਿ ਉਹ ਸਰਕਾਰ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਅਤੇ ਇਸ ਮਾਮਲੇ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ, ਨਹੀਂ ਤਾਂ ਸੋਮ ਪ੍ਰਕਾਸ਼ ਖੁਦ ਸਮਾਜ ਨਾਲ ਖੜ ਕੇ ਇਸ ਦੇ ਵਿਰੋਧ ਵਿੱਚ ਉਤਰਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮੰਦਿਰ ਨੂੰ ਮੁੜ ਤੋਂ ਨਾ ਉਸਾਰਿਆ ਤਾਂ ਪਾਰਟੀ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਵੇਗੀ। ਪਾਰਟੀ ਨੇਤਾਵਾਂ ਵੱਲੋਂ ਜੋ ਮੰਗ ਪੱਤਰ ਸੋਮ ਪ੍ਰਕਾਸ਼ ਨੂੰ ਭੇਂਟ ਕਰਨਾ ਸੀ, ਉਹ ਮੰਗ ਪੱਤਰ SDM ਫਗਵਾੜਾ ਜੈਇੰਦਰ ਨੂੰ ਭਾਰਤ ਸਰਕਾਰ ਦੇ ਨਾਮ 'ਤੇ ਭੇਂਟ ਕੀਤਾ ਗਿਆ, ਜਿਸ ਦਾ ਮੁੱਖ ਕਾਰਨ ਸੀ ਕਿ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ ਹੋ ਜਾਣ ਕਾਰਨ ਸੋਮ ਪ੍ਰਕਾਸ਼ ਨੂੰ ਦਿੱਲੀ ਲਈ ਰਵਾਨਾ ਹੋਣਾ ਪਿਆ। ਧਰਨੇ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਧਰਨੇ ਤੋਂ ਬਾਅਦ ਜ਼ਿਆਦਾ ਗਰਮੀ ਹੋਣ ਕਾਰਨ ਬਿਮਾਰ ਹੋ ਗਏ, ਜਿਨ੍ਹਾਂ ਨੂੰ ਰੈਸਟ ਹਾਊਸ ਵਿਖੇ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਦੀ ਟੀਮ ਬੁਲਾ ਕੇ ਉਹਨਾਂ ਦਾ ਚੈੱਕਅਪ ਕੀਤਾ ਗਿਆ। ਇਸ ਦੌਰਾਨ SDM ਫਗਵਾੜਾ ਜੈਇੰਦਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਰੈਸਟ ਹਾਊਸ ਵਿਖੇ ਮੌਜੂਦ ਸਨ। ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੋਮ ਪ੍ਰਕਾਸ਼ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਪਾਰਟੀ ਨੂੰ ਮਨਾਉਣ ਜਾਂ ਫਿਰ ਪਾਰਟੀ ਤੋਂ ਰਿਜ਼ਾਈਨ ਪਾਉਣ। ਉਹਨਾਂ ਕਿਹਾ ਕਿ ਜੇਕਰ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਕਿਸੇ ਹੋਰ ਜਗ੍ਹਾ 'ਤੇ ਬਣਾਇਆ ਜਾ ਸਕਦਾ ਹੈ ਤਾਂ ਫਿਰ ਸ਼੍ਰੀ ਰਾਮ ਮੰਦਰ ਨੂੰ ਕਿਉਂ ਨਹੀਂ ਬਣਾ ਸਕਦੀ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਸੋ ਅੱਜ ਦਾ ਪ੍ਰੋਗਰਾਮ ਸੀ ਕਿ ਪੰਜਾਬ ਦੇ ਵਿੱਚੋਂ ਜਿਹੜੇ ਕੇਂਦਰ ਦੀ ਸਰਕਾਰ ਦੇ ਵਿੱਚ ਨੁਮਾਇੰਦਗੀ ਕਰਦੇ ਆ ਸਾਡੀ ਪੰਜਾਬ ਦੀ, ਸ਼੍ਰੀ ਸੋਮ ਪ੍ਰਕਾਸ਼ ਜੀ, ਉਹਨਾਂ ਦੇ ਘਰ ਦਾ ਘਿਰਾਓ ਕਰਕੇ ਉਹਨਾਂ ਨੂੰ ਦੋ ਸਵਾਲ ਪੁੱਛਣੇ। ਅਸੀਂ ਇਤਿਹਾਸਕ ਸਥਾਨ ਹੈਗਾ ਇੱਥੇ ਗੁਰੂ ਘਰ, ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ, ਉੱਥੋਂ ਅਸੀਂ ਪੈਦਲ ਰੋਸ ਮਾਰਗ ਦੇ ਰੂਪ ਦੇ ਵਿੱਚ ਸਿਰਫ ਦੋ ਸਵਾਲ ਪੁੱਛਣ ਵਾਸਤੇ ਕਿ ਤੁਸੀਂ ਪੰਜਾਬ ਤੋਂ ਰਿਜ਼ਰਵ ਹਲਕਾ ਹੁਸ਼ਿਆਰਪੁਰ ਪਾਰਲੀਮਾਨੀ ਇੱਥੋਂ ਚੁਣ ਕੇ ਗਏ ਹੋ, ਹੁਣ ਤੁਸੀਂ ਦੇਸ਼ ਦੀ ਸਰਕਾਰ ਦੇ ਵਿੱਚ ਮੰਤਰੀ ਦੀ ਪਦਵੀ ਦੇ ਉੱਤੇ ਹੋ, ਜਾਂ ਤਾਂ ਦੇਸ਼ ਦੀ ਸਰਕਾਰ ਦੇ ਕੋਲੋਂ ਇੰਸ਼ੋਰ ਕਰਾਓ ਟਾਈਮ ਬਾਉਂਡ, ਸਮਾਂ ਫਿਕਸ ਹੋ ਜੇ ਹਫ਼ਤੇ ਦਾ, 10 ਦਿਨ ਦਾ, 15 ਦਿਨ ਦਾ, ਕਿ ਅਸੀਂ 15 ਦਿਨ ਦੇ ਵਿੱਚ ਪਵਿੱਤਰ ਅਸਥਾਨ ਦੀ ਉਸਾਰੀ ਉਸੇ ਜਗ੍ਹਾ 'ਤੇ ਜਿੱਥੋਂ ਤੋੜਿਆ ਗਿਆ ਉਸੇ ਜਗ੍ਹਾ 'ਤੇ ਦੁਬਾਰਾ ਸਟਾਰਟ ਕਰਾਵਾਂਗੇ। ਦੂਸਰਾ, ਜੇ ਤੁਸੀਂ ਸਰਕਾਰ ਦੇ ਵਿੱਚ, ਮੋਦੀ ਗਵਰਨਮੈਂਟ ਦੇ ਵਿੱਚ ਤੁਹਾਡੀ ਚੱਲਦੀ ਨਹੀਂ, ਤੁਹਾਡੀ ਸੁਣਦੇ ਨਹੀਂ, ਮੰਨਦੇ ਨਹੀਂ, ਤਾਂ ਫਿਰ ਤੁਸੀਂ ਭਾਈਚਾਰੇ ਨਾਲੋਂ ਮੁੱਕ ਕਿਉਂ ਮੋੜਦੇ ਹੋ? ਸੰਤ ਸਮਾਜ ਨੂੰ ਕੱਲ੍ਹ ਬੜੀ ਇੱਕ ਸ਼ਤਰੰਜੀ ਜਿਹੜੀ ਚਾਲ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਸੱਤਾ ਦੇ ਉੱਤੇ ਕਾਬਜ਼ ਹੈਗੀਆਂ ਨੇ, ਕਿਉਂਕਿ ਬੜੇ ਪਾਵਰ ਦੇ ਵਿੱਚ ਜਦੋਂ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਕੱਲ੍ਹ ਦੱਸਿਆ ਗਿਆ। ਮੰਤਰੀ ਜੀ ਸੰਤ ਸਮਾਜ ਦੇ ਕੋਲ ਗਏ ਸੀ, ਉਹਨਾਂ ਨੂੰ ਇਹ ਕਹਿਦਾ ਵੀ ਬਹੁਤ ਜਲਦੀ ਅਸੀਂ ਤਾਂ ਕਿ ਸੰਤ ਸਮਾਜ ਸ਼ਮੂਲੀਅਤ ਨਾ ਕਰਦੇ ਅਸੀਂ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕਿਸੇ ਸੰਤ, ਕਿਸੇ ਧਾਰਮਿਕ ਸ਼ਖਸੀਅਤ ਦੀ ਕੋਈ ਨਿੰਦਾ ਕਰਦੇ ਹਾਂ, ਬਟ ਉਹਨਾਂ ਦੇ ਇੱਕ ਮੰਤਰੀ ਹੈਗੇ, ਉਹਨਾਂ ਨੇ ਇੰਸ਼ੋਰ ਕਰਨਾ, ਹੁਣ ਮੰਤਰੀ ਜੀ ਉੱਥੇ ਪਹੁੰਚੇ ਹੀ ਨਹੀਂ,
ਜੇ ਸੱਚਾਈ ਹੁੰਦੀ, ਕਿਉਂਕਿ ਮੀਡੀਆ ਦੇ ਸਾਹਮਣੇ ਰੂਬਰੂ ਹੋਣਾ ਮੇਰੇ ਨਾਲ, 7 ਸਾਲ ਉਹ ਐਜ਼ ਏ ਐਮ ਐਲ ਏ ਰਹੇ ਅਸੈਂਬਲੀ ਦੇ ਵਿੱਚ, ਪਤਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ, ਪਤਾ ਸੱਚਾਈ ਦਾ ਸਾਹਮਣਾ ਕਰਨਾ ਬੜਾ ਔਖਾ, ਅਤੇ ਉੱਥੇ ਪਹੁੰਚੇ ਹੀ ਨਹੀਂ ਗੇ। ਸੋ ਸੰਤ ਮਹਾਂਪੁਰਸ਼ਾਂ ਦਾ ਨਾ ਪਹੁੰਚਣਾ ਹੋ ਸਕਦਾ, ਜਿਹੜਾ ਮੰਤਰੀ ਜੀ ਕੱਲ੍ਹ ਸੰਤਾਂ ਦੇ ਨਾਲ ਮੀਟਿੰਗ ਕਰਕੇ ਆਇਆ, ਉੱਥੇ ਉਹਨਾਂ ਨੇ ਕੋਈ ਨਾ ਕੋਈ ਗੱਲਬਾਤ ਐਸੀ ਕੀਤੀ ਹੋਵੇ ਜਿਹੜਾ ਉਹਨਾਂ ਨੇ ਸੰਤਾਂ ਨੂੰ ਭਰੋਸੇ ਯਕੀਨ ਦੇ ਵਿੱਚ ਲੈ ਲਿਆ। ਵੀ ਜਾਂ ਤਾਂ ਤੁਸੀਂ ਕੇਂਦਰ ਦੀ ਸਰਕਾਰ ਦੇ ਵਿੱਚ ਮਿਨਿਸਟਰ ਹੋ, ਪੰਜਾਬ ਦੀ ਅਗਵਾਈ ਤੁਸੀਂ ਕਰ ਰਹੇ ਹੋ, ਜਾਂ ਤਾਂ ਸਰਕਾਰ ਨੂੰ ਮਨਾ ਲਓ, ਟਾਈਮ ਬਾਊਂਡ ਕਰਾ ਦਿਓ। ਜੇ ਨਹੀਂ ਸਰਕਾਰ ਮੰਨਦੀ ਫਿਰ ਤੁਸੀਂ ਰਿਜ਼ਾਈਨ ਦੇ ਕੇ ਵਾਪਸ ਆਓ। ਰਿਜ਼ਰਵ ਹਲਕੇ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਗੁਰੂ ਰਵਿਦਾਸ ਜੀ ਦੇ ਅਨੁਯਾਈਆਂ ਨੇ ਤੁਹਾਨੂੰ ਇਸ ਵਾਸਤੇ ਨਹੀਂ ਭੇਜਿਆ, ਰਿਜ਼ਾਈਨ ਕਰਕੇ ਵਾਪਸ ਆਓ ਤਾਂ ਜੋ ਦੇਸ਼ ਦੀ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਬਿਲਟ ਕਰ ਸਕੀਏ, ਤੁਰੰਤ ਜਿਹੜੀ ਜਗ੍ਹਾ ਤੋਂ ਇਤਿਹਾਸਿਕ ਅਸਥਾਨ ਢਾਇਆ ਗਿਆ ਉਸੇ ਜਗ੍ਹਾ ਦੁਆਰਾ ਉਹਦੀ ਉਸਾਰੀ ਸ਼ੁਰੂ ਹੋ ਸਕੇ। ਬਾਬਰੀ ਮਸਜਿਦ ਅਤੇ ਰਾਮ ਮੰਦਰ, ਜੇ ਇਹ ਗੱਲ ਉਹ ਆਪਣੇ 'ਤੇ ਲਾਗੂ ਕਰ ਲੈਣ ਫਿਰ ਦੇਸ਼ ਦੇ ਵਿੱਚ ਫਿਰਕੂ ਤਣਾਅ ਪੈਦਾ ਹੀ ਨਾ ਹੋਵੇ। ਰਾਮ ਮੰਦਰ ਜੇ ਗੁਰੂ ਰਵਿਦਾਸ ਜੀ ਦਾ ਕਹਿ ਦਿੰਦੇ ਆ ਵੀ ਪਰੇ ਅਸੀਂ ਜਗ੍ਹਾ ਦੇ ਦਿੰਦੇ ਹਾਂ, ਕਿਉਂ ਫਿਰ ਰਾਮ ਮੰਦਰ ਪਰੇ ਬਣ ਸਕਦਾ? ਫਿਰ ਰਾਮ ਮੰਦਰ ਪਰੇ ਬਣਾ ਲੈਣ, ਜਿੱਥੇ ਬਾਬਰੀ ਮਸਜਿਦ ਹੈਗੀ ਹੈ ਤਾਂ ਲੜਾਈ ਝਗੜਾ ਹੀ ਖਤਮ ਹੁੰਦਾ। ਸੋ ਇਹ ਜਿਹੜਾ ਡਬਲ ਸਟੈਂਡਰਡ ਇਹਨਾਂ ਦਾ ਪੈਰਾਮੀਟਰ ਆ ਬੀਜੇਪੀ ਦਾ, ਆਰ ਐਸ ਐਸ ਦਾ, ਇਹ ਖਤਰਨਾਕ ਹੈਗਾ। ਦੇਸ਼ ਦੇ ਅੰਦਰ ਘੱਟ ਗਿਣਤੀਆਂ ਵਾਸਤੇ ਕਲਾਰਮ ਕਰ ਰਹੀ ਹੈ ਬੀਜੇਪੀ। ਸੋ ਇਹ ਦੇਸ਼ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਰੁਝਾਨ ਵਾਲੇ ਪਾਸੇ ਨੂੰ ਮੋੜਾ ਕੱਟਣ ਦਾ ਯਤਨ ਕੀਤਾ ਹੈ। ਤੁਹਾਨੂੰ ਪਤਾ ਹੀ ਹੈ ਜੀ, ਪਿੱਛੇ ਜਿਹੜਾ 10 ਤਰੀਕ ਨੂੰ ਗੁਰੂ ਰਵਿਦਾਸ ਜੀ ਦਾ ਮੰਦਰ ਤੁਗਲਕਾਬਾਦ ਦਿੱਲੀ ਦੇ ਵਿਖੇ ਤੋੜਿਆ ਗਿਆ, ਔਰ ਉਸ ਤੋਂ ਬਾਅਦ ਸੰਗਤ ਦੇ ਵਿੱਚ ਰੋਸ ਸੀ, ਔਰ 13 ਤਰੀਕ ਨੂੰ ਪੰਜਾਬ ਬੰਦ ਹੋਇਆ, 21 ਤਰੀਕ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਵੱਡਾ ਇਕੱਠ ਹੋਇਆ। ਲੇਕਿਨ ਉਸ ਤੋਂ ਬਾਅਦ ਵਿੱਚ ਜਿਹੜਾ ਦਿੱਲੀ ਦੀ ਪੁਲਿਸ ਨੇ ਸੰਗਤ ਨੂੰ ਗੁੰਮਰਾਹ ਕਰਕੇ ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ 'ਤੇ 96 ਲੋਕਾਂ ਦੇ ਉੱਤੇ ਬਾਈਨੇਮ ਪਰਚਾ ਦਰਜ ਹੈ ਸੰਗੀਨ ਧਾਰਾਵਾਂ ਦੇ ਤਹਿਤ, ਔਰ ਜ਼ਮੀਨ ਦੀ ਵਾਪਸੀ ਨਹੀਂ ਹੋਈ ਹਜੇ ਤੱਕ। ਸੰਗਤ ਨੂੰ ਜਿਹੜਾ ਹੈਗਾ ਇਹਨਾਂ ਨੇ ਅਰੈਸਟ ਕਰ ਲਿਆ। ਕੇਂਦਰ ਦੀ ਸਰਕਾਰ ਦੀ ਨੀਅਤ ਜਿਹੜੀ ਹੈ ਉਹਦੇ ਵਿੱਚ ਖੋਟ ਹੈ, ਔਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਅਸੀਂ ਇਸ ਵਾਸਤੇ ਕਿਉਂਕਿ ਅੱਜ ਸੋਮ ਪ੍ਰਕਾਸ਼ ਜੀ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆ ਕੇਂਦਰ ਦੇ ਵਿੱਚ, ਸਾਡੀ ਲੋਕ ਸਭਾ ਤੋਂ ਇਹ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਕੇਂਦਰ ਦੇ ਵਿੱਚ ਰਾਜ ਮੰਤਰੀ ਆ, ਔਰ ਐਸ ਸੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੈ, ਐਸ ਸੀ ਸਰਟੀਫਿਕੇਟ ਲਗਾ ਕੇ ਇਹ ਲੋਕ ਸਭਾ ਦੇ ਵਿੱਚ ਪਹੁੰਚੇ ਆ। ਇਸ ਕਰਕੇ ਅਸੀਂ ਇਹਨਾਂ ਦੇ ਕੋਲੋਂ ਅੱਜ ਜਵਾਬ ਮੰਗਣ ਵਾਸਤੇ ਗਏ ਸੀ ਕਿ ਸੋਮ ਪ੍ਰਕਾਸ਼ ਜੀ ਤੁਸੀਂ ਦੱਸੋ ਕਿ ਗੁਰੂ ਰਵਿਦਾਸ ਜੀ ਦੇ ਜਿਹੜਾ ਉਸ ਮੰਦਰ ਨੂੰ ਤੋੜਿਆ ਗਿਆ ਉਹਦੇ ਵਿੱਚ ਕੇਂਦਰ ਦੀ ਸਰਕਾਰ ਪੂਰੀ ਇਨਵੋਲਵ ਆ, ਅਤੇ ਤੁਸੀਂ ਕੇਂਦਰ ਦੀ ਸਰਕਾਰ ਨੂੰ ਜਿਹੜਾ ਹੈਗਾ ਇਹਦੇ 'ਤੇ ਤੁਹਾਡਾ ਕੀ ਸਟੈਂਡ ਆ, ਕੀ ਕਹਿ ਰਹੇ ਹੋ? ਕਿਉਂਕਿ 13 ਤਰੀਕ ਨੂੰ ਅਸੀਂ ਹਰਦੀਪ ਸਿੰਘ ਪੁਰੀ ਜਿਹੜੇ ਜਿਨ੍ਹਾਂ ਦੇ ਕੋਲ ਮਹਿਕਮਾ ਅਰਬਨ ਡਿਵੈਲਪਮੈਂਟ ਦਾ, ਉਹਨਾਂ ਨੂੰ ਵੀ ਮਿਲੇ ਸੀ, ਲੇਕਿਨ ਸਾਨੂੰ ਕੋਈ ਤਸੱਲੀ ਬਖਸ਼ ਜਿਹੜਾ ਜਵਾਬ ਨਹੀਂ ਮਿਲਿਆ। ਦੇਖੋ ਜੀ, ਸੰਤ ਸਮਾਜ ਜਿਹੜਾ ਹੈਗਾ ਉਹ ਉਹਨਾਂ ਨੇ ਅੱਜ ਤੁਹਾਨੂੰ ਸ਼ਾਇਦ ਨਾ ਜਾਣਕਾਰੀ ਹੋਵੇ, ਗੜਸ਼ੰਕਰ ਦੇ ਵਿੱਚ ਵੀ ਪ੍ਰੋਗਰਾਮ ਹੈਗਾ ਜੀ। ਜਿਹੜੇ ਪ੍ਰਧਾਨ ਜੀ ਆ ਉਹ ਗੜਸ਼ੰਕਰ ਦੇ ਪ੍ਰੋਗਰਾਮ ਦੇ ਵਿੱਚ ਗਏ ਆ। ਜਿਹੜੇ ਸੰਤ ਮਹਿੰਦਰਪਾਲ ਜੀ, ਉਹਨਾਂ ਦੀ ਸਿਹਤ ਖਰਾਬ ਹੋਈ ਆ, ਉਹ ਜਿਹੜਾ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਉਹ ਅੱਜ ਆ ਨਹੀਂ ਸਕੇ। ਬਾਕੀ ਅਸੀਂ ਜਿਹੜਾ ਲੋਕਲ ਸਾਡੇ ਸੰਤ ਸਮਾਜ ਨੂੰ ਅਸੀਂ ਸੁਨੇਹਾ ਲਗਾਇਆ ਸੀਗਾ, ਉਹ ਸਾਥੀ ਜਿਹੜੇ ਹੈਗੇ ਆ ਉਹਨਾਂ ਦੇ ਸਿਹਤ ਖਰਾਬ ਹੋਣ ਕਰਕੇ ਨਹੀਂ ਆਏ। ਹਰ ਇੱਕ ਬੰਦਾ ਜਿਹੜਾ ਆਪਣੀ ਨਲਾਇਕੀਆਂ ਨੂੰ ਛੁਪਾਉਣ ਦੇ ਲਈ ਕੁਛ ਨਾ ਕੁਛ ਮੈਨੇਜਮੈਂਟ ਕਰਦਾ ਹੈ, ਉਹਨਾਂ ਨੇ ਵੀ ਉਹਨਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ, ਹੋ ਸਕਦੀ ਹੈ, ਲੇਕਿਨ ਅਸੀਂ ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ। ਅੱਜ ਤਾਂ ਆਪਾਂ ਇਹ ਕਹਿ ਸਕਦੇ ਹਾਂ ਦੁਰਭਾਗਯਪੂਰਨ ਜਿਹੜਾ ਹੈਗਾ ਅਰੁਣ ਜੇਤਲੀ ਜੀ ਦੀ ਕਹਿੰਦੇ ਮੌਤ ਹੋ ਗਈ ਆ, ਜਿਹਦੇ ਕਰਕੇ ਸੋਮ ਪ੍ਰਕਾਸ਼ ਜੀ ਦਿੱਲੀ ਚਲ ਗਏ। ਹੁਣ ਇਹ ਤਾਂ ਪਤਾ ਨਹੀਂ ਵੀ ਸੋਮ ਪ੍ਰਕਾਸ਼ ਜੀ ਜਿਹੜੇ ਗਏ ਆ ਉਹ ਅਰੁਣ ਜੇਤਲੀ ਦੀ ਮੌਤ ਕਰਕੇ ਗਏ ਆ ਜਾਂ ਇੱਥੋਂ ਉੱਦਾਂ। ਅਗਲਾ ਸਟੈਪ ਉੱਥੇ ਅਸੀਂ ਕਿਹਾ ਆ ਵੀ ਜਿਹੜੇ ਐਸ ਸੀ ਐਮ ਐਲ ਏ ਜਾਂ ਐਮ ਪੀ ਜਾਂ ਜਿਹੜੇ ਸਾਬਕਾ ਐਮ ਐਲ ਏ ਜਾਂ ਐਮ ਪੀ ਜਾਂ ਮਿਨਿਸਟਰ ਜਿਹੜੇ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਆ,
ਉਹਨਾਂ ਦੇ ਘਰਾਂ ਦੇ ਮੂਹਰੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਕਾਰਨ, ਅਕਾਲੀ ਦਲ ਦੇ ਜਿਹੜੇ MLA MP ਹੈ ਇਹਨਾਂ ਦੀ ਕੇਂਦਰ ਦੀ ਸਰਕਾਰ ਨੂੰ ਹਮਾਇਤ ਆ। ਜੇ ਇਹ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਇਹ ਕਹਿ ਰਹੇ ਆ ਕਿ ਅਸੀਂ ਤੁਹਾਡੇ ਨਾਲ ਹਾਂ, ਤਾਂ ਕੇਂਦਰ ਦੀ ਸਰਕਾਰ ਦੇ ਕੋਲੋਂ ਆਪਣੀ ਮਿਨਿਸਟਰੀ ਜਿਹੜੀ ਉਹਨਾਂ ਦੇ ਮੂੰਹ 'ਤੇ ਮਾਰਨ ਅਤੇ ਸਮਰਥਨ ਵਾਪਸ ਲੈਣ, ਸਰ ਇੱਥੇ ਸਮਾਜ ਦੇ ਨਾਲ ਖੜਨ। ਤੁਸੀਂ ਦੇਖ ਰਹੇ ਹੋ ਨਵਰੰਗ TV। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।